ਪੁਲਿਸ ਦੀ ਵਰਦੀ, ਨੀਲੀ ਬੱਤੀ, ਬਿੱਲੇ ਸਿਤਾਰੇ ਤੇ ਇਟਾਲੀਅਨ ਰਿਵਾਲਵਰ। ਉਹ ਭਾਈ, ਇਹ ਸਭ ਸਾਜੋ ਸਮਾਨ ਵਿਖਾ ਰਹੀ ਲੁਧਿਆਣਾ ਪੁਲਿਸ ਨੇ ਕੋਈ ਪ੍ਰਦਰਸ਼ਨੀ ਨਹੀਂ ਲਾ ਰੱਖੀ, ਸਗੋਂ ਪੁਲਿਸ ਨੂੰ ਇਹ ਸਭ ਇੱਕ ਫੁਕਰੇ ਠੱਗ ਕੋਲੋਂ ਬਰਾਮਦ ਹੋਇਆ। ਤੇ ਫੁਕਰਾ ਠੱਗ ਵੀ ਅਜਿਹਾ ਕਿ ਜਮਾਤਾਂ ਤਾਂ ਉਸਨੇ ਸਿਰਫ 7 ਪੜ੍ਹੀਆਂ, ਪਰ ਸਾਊਥ ਦੀਆਂ ਫਿਲਮਾਂ ਵੇਖ ਵੇਖ ਉਸਨੇ ਇੱਕ ਫਸਟ ਕਲਾਸ IPS ਅਫਸਰ ਦਾ ਰੂਪ ਧਾਰਨ ਕਰ ਲਿਆ ਤੇ ਰੋਬ ਝਾੜਨ ਲਈ ਸੁਖਬੀਰ ਅਤੇ ਹੋਰ ਲੀਡਰਾਂ ਨਾਲ ਫੋਟੋਆਂ ਵੀ ਖਿਚਵਾ ਲਈਆਂ। ਜੀ ਹਾਂ, ਪੁਲਿਸ ਦੇ ਅੜਿੱਕੇ ਚੜਿਆ ਇਹ ਹੈ ਰਵਿੰਦਰ ਸਿੰਘ। ਪੁਲਿਸ ਦਾ ਕਹਿਣਾ ਹੈ ਕਿ ਇਹ ਨੌਜਵਾਨ ਲੰਬੀਆਂ ਲੰਬੀਆਂ ਸੁੱਟਣ ਦਾ ਸ਼ੌਕੀਨ ਹੋ ਚੁੱਕਿਆ ਸੀ। ਪਹਿਲਾਂ ਇਹ ਬੱਸਾਂ ਦੀਆਂ ਟਿਕਟਾਂ ਬੁੱਕ ਕਰਵਾਇਆ ਕਰਦਾ ਸੀ, ਪਰ ਦੱਸਦਾ ਸੀ ਕਿ ਇਹਦੀਆਂ ਆਪਣੀਆਂ ਬੱਸਾਂ ਦਾ ਬੇੜਾ ਹੈ। ਫਿਰ ਜਦ ਇਹ ਟਰੈਵਲ ਏਜੰਟ ਬਣਿਆ ਤਾਂ ਕਹਿੰਦਾ ਕਿ ਇਹਦੇ ਤਾਂ ਰੋਜ਼ ਜਹਾਜ਼ਾਂ ਦੇ ਚੱਕਰ ਲੱਗਦੇ ਨੇ। ਤੇ ਫਿਰ ਇੱਕ ਦਿਨ ਦਰਜੀ ਕੋਲ ਜਾ ਕੇ ਇਹਨੇ ਸਵਾ ਲਈ ਫੁੱਲ ਵਰਦੀ। ਹਾਲਾਂਕਿ ਅਸਲ ਕਾਨੂੰਨ ਕੀ ਹੁੰਦਾ ਹੈ ਇਸ ਨੂੰ ਹੁਣ ਜੇਲ੍ਹ ਦੇ ਅੰਦਰ ਹੀ ਪਤਾ ਲੱਗੇਗਾ। ਔਰ ਇਸਕੇ ਖਿਲਾਫ ਹਮ ਸਲੀਮ ਡਾਬੀ ਥਾਣੇ ਮੇਂ ਇੱਕ FIR ਪਹਿਲੇ ਰਜਿਸਟਰ ਕਰ ਚੁੱਕੇ ਹੈ। ਇਸਕੇ ਪਾਸ ਹੈ ਅਭੀ ਤੱਕ ਜੋ ਹੈ ਹਮੇਂ ਇਸਕਾ ਇੱਕ ਲਾਇਸੈਂਸੀ ਰਿਵੋਲਵਰ ਔਰ ਯੂਨੀਫਾਰਮ ਠੰਡੀ ਔਰ ਗਰਮ, ਸਾਥ ਮੇਂ ਕੁਛ ਬੀਕਨਸ ਵਗੈਰਾ ਔਰ ਕੁਛ ਔਰ ਅਨਔਥੋਰਾਈਜ਼ ਡਾਕੂਮੈਂਟਸ ਮਿਲੇ ਜੋ ਇਹ ਯੂਜ਼ ਨਹੀਂ ਕਰ ਸਕਤਾ ਹੈ ਐਜ ਏ ਪੁਲਿਸ ਆਫਿਸਰ, ਤੋ ਆਗੇ ਹਮ ਇਨਵੈਸਟੀਗੇਟ ਕਰ ਰਹੇ ਹੈਂ। ਰਵਿੰਦਰ ਸਿੰਘ ਹੁਣ ਪੁਲਿਸ ਦੇ ਹੱਥੇ ਚੜ ਚੁੱਕਿਆ ਹੈ। ਇਸ ਝੂਠੇ ਅਫਸਰ ਤੇ 4 ਲੱਖ ਦੀ ਠੱਗੀ ਮਾਰਨ ਦੇ ਇਲਜ਼ਾਮ ਵੀ ਲੱਗੇ ਨੇ, ਪਰ ਜਿਹੜੀਆਂ ਤਸਵੀਰਾਂ ਇਸ ਸ਼ਖਸ ਕੋਲੋਂ ਮਿਲੀਆਂ ਨੇ ਉਹਨਾਂ ਚੋਂ ਇਹ ਜ਼ਿਆਦਾਤਰ ਅਕਾਲੀ ਆਗੂਆਂ ਨਾਲ ਖੜਾ ਵਿਖਾਈ ਦੇ ਰਿਹਾ ਹੈ ਤੇ ਨਾਲ ਹੀ ਬੀਤੇ ਸਾਲਾਂ ਦੌਰਾਨ ਇਸ ਨੇ ਕੀ ਕਰਤੂਤਾਂ ਕੀਤੀਆਂ, ਇਹ ਵੀ ਫਿਲਹਾਲ ਜਾਂਚ ਦਾ ਵਿਸ਼ਾ ਹੈ। ਆਉਣ ਵਾਲੇ ਸਮੇਂ 'ਚ ਹੁਣ ਪੰਜਾਬ ਪੁਲਿਸ ਹੀ ਇਸ ਫੁਕਰੇ ਠੱਗ ਦੀਆਂ ਜੜ੍ਹਾਂ ਪੁੱਟੇਗੀ। ਲੁਧਿਆਣਾ ਤੋਂ ਜਸਬੀਰ ਬਰਾੜ, ਨਿਊਜ਼ 18, ਪੰਜਾਬ।